वाहेगुरु साहेब जी, सतनाम। वाहेगुरु साहेब जी, धन निरंकार। सत करतार, धन धन। गुरु नानक देव जीओ महाराज। पूरा प्रभ आराध्या, पूरा जाका नाओ। नानक पूरा पाया, पूरे के गुण गाओ। गुरपुरा जिन सिमरिया, से पए निहाल। नानक नाम आराधना, कारज आवै रास। प्यारे जी, सतगुर पूरिया बिना। 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 तेरा होना नहीं पारी उतारा, तेरा होना नहीं पारी उतारा। तेरा होना नहीं पारी उतारा, तेरा होना नहीं पारी उतारा। तेरा होना नहीं पारी उतारा, होना नहीं पारी उतारा। तेरा होना नहीं पारी उतारा, होना नहीं पारी उतारा। तेरा होना नहीं पारी उतारा, तेरा होना नहीं पारी उतारा। होना नहीं पारी उतारा, तेरा होना नहीं पारी उतारा। तेरा होना नहीं पारी उतारा, तेरा होना नहीं पारी उतारा। तेरा होना नहीं पारी उतारा, तेरा होना नहीं पारी उतारा। प्यारे जी, सतगुर पूरिया बिना। प्यारे जी, सतगुर पूरिया बिना। सतगुर पूरिया बिना। प्यारे जी, सतगुर पूरिया बिना।
ਸੁਰਾ ਪ੍ਰਭ ਆਰਾਧਿਆ ਰਾਜਾ ਦਾ ਨਾਮ ਨਾਨਕ ਪੂਰਾ ਪਾਇਆ पूरा पाया पूरे के गुण गाओ और पूरा जिन सुनरिया नानक नाम आराधना ਨਾਨਕ ਨਾਮ ਆਰਾਧਨਾ ਪਾਰ ਜਿਆ ਵਰਾ ਗੁਰ ਪੂਰਾ ਜਿਨ ਸਿਮਰਿਆ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗੁਰਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਜੁਗੋ ਜੁਗ ਅਟਲ ਸ਼ਬਦਾਵਤਾਰ ਬਾਣੀ ਕੇ ਬੋਹਿਤ ਕਲਯੁਗ ਦੇ ਜਹਾਜ ਦਸਾਂ ਪਾਤਸ਼ਾਹੀਆਂ ਦੀ ਪ੍ਰਤੱਖ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਬੈਠ ਕੇ ਸਮੇਂ ਤੇ ਸਵਾਸਾਂ ਨੂੰ ਸਫਲਿਆ ਬਣਾ ਰਹੇ ਹੋ ਆਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ ਬਿਨ ਭਾਗਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੈ ਵੱਡਿਆਂ ਭਾਗਾਂ ਦੇ ਨਾਲ ਇਹ ਸਮਾਂ ਪ੍ਰਾਪਤ ਹੁੰਦਾ ਆਪਾਂ ਆਪਣੇ ਭਲੇ ਵਾਸਤੇ ਸਤਸੰਗ ਵਿੱਚ ਆਏ ਹਾਂ ਸਗਲ ਉਦਮ ਮੈਂ ਉਦਮ ਭਲਾ ਹਰ ਕੋ ਨਾਮ ਜਪੋ ਜੀ ਸਦਾ ਸਾਰਿਆਂ ਉਦਮਾਂ ਚੋਂ ਵੱਡਾ ਉਦਮ ਹੈ ਰੱਬ ਚੇਤੇ ਆ ਜਾਵੇ ਰੁਪਈਏ ਚੋਂ 16 ਨੇ ਪੁੰਨ ਰੱਬ ਨੂੰ ਯਾਦ ਕਰਨਾ 16 ਨੇ ਪਾਪ ਰੱਬ ਨੂੰ ਭੁੱਲ ਜਾਣਾ ਨਗਰ ਅੱਡਾ ਜੈਂਤੀਪੁਰ ਦੀਆਂ ਸੰਗਤਾਂ ਪਿੰਡ ਸ਼ੇਖਪੁਰੇ ਦੀਆਂ ਸੰਗਤਾਂ ਤੇ ਸਮੂਹ ਸਾਧ ਸੰਗਤ ਨੇ ਮਿਲ ਕੇ ਬਹੁਤ ਵੱਡਾ ਉਪਰਾਲਾ ਕੀਤਾ ਪ੍ਰਧਾਨ ਹਰਪਾਲ ਸਿੰਘ ਜੀ ਸ਼ੇਖਪੁਰ ਤੋਂ ਉਹਨਾਂ ਦਾ ਵੀ ਬਹੁਤ ਉੱਦਮ ਹੈ ਸਾਰੀ ਸੰਗਤ ਦਾ ਉੱਦਮ ਹੈ ਜੋ ਸ਼ਾਮ ਦਾ ਸੰਧਿਆ ਦਾ ਵੇਲਾ ਰਹਿ ਰਾਸ ਦਾ ਸਮਾਂ ਇਹ ਸਫਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਰਪਾ ਮਹਾਰਾਜ ਨੇ ਕਰਨੀ ਹੈ ਆਪਣੀ ਤਾਂ ਕੋਸ਼ਿਸ਼ ਹੈ ਇਹਨੂੰ ਸਫਲ ਮਹਾਰਾਜ ਨੇ ਬਣਾਉਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੂਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੇ ਕਾ ਕਹਿਆ ਸਭ ਕੁਛ ਪੂਰਾ ਘੱਟ ਵੱਧ ਕੁਛ ਨਹੀਂ ਪੂਰੇ ਗੁਰੂ ਤੋਂ ਬਿਨਾਂ ਕਾਰਜ ਕੋਈ ਸਵਾਰ ਨਹੀਂ ਸਕਦਾ ਪੂਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ
ਸਤਿਗੁਰਾਂ ਦੀ ਹਜ਼ੂਰੀ ਵਿੱਚ ਬਹਿ ਕੇ ਸਮੇਂ ਤੇ ਸਵਾਸ ਆਪਾਂ ਸਫਲਾ ਕਰਨ ਆਏ ਹਾਂ। ਇੱਕ ਦੋ ਘੜੀਆਂ ਦਾ ਸਤਸੰਗ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ ਹੈ। ਏਕ ਨਾਮ ਹੁਕਮ ਹੈ ਨਾਨਕ ਗੁਰਮੁਖ ਦੀਆ ਬੁਝਾਏ ਜੀ। ਸਾਧ ਸੰਗਤ ਸਤਸੰਗਤ ਏਦਾਂ ਦੀ ਹੋਣੀ ਚਾਹੀਦੀ ਹੈ ਜਿੱਥੇ ਕਿਸੇ ਦੀ ਨਿੰਦਿਆ ਚੁਗਲੀ ਨਾ ਹੋਵੇ, ਕਿਸੇ ਨੂੰ ਮਾੜਾ ਨਾ ਕਿਹਾ ਜਾਂਦਾ ਹੋਵੇ। ਪਰ ਇਹ ਵੀ ਭਾਗਾਂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦਾ, ਭਾਵੇਂ ਦਰਵਾਜ਼ੇ ਦੇ ਅੱਗੇ ਹੀ ਸਤਸੰਗ ਹੁੰਦਾ ਹੋਵੇ। ਜੇ ਭਾਗ ਮਾੜੇ ਨੇ ਫਿਰ ਵੀ ਸਤਸੰਗ ਦੀ ਪ੍ਰਾਪਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ। ਸਾਵਧਾਨ ਹੋ ਕੇ, ਇਕਾਗਰ ਹੋ ਕੇ, ਭਾਵੇਂ ਥੋੜਾ ਸਮਾਂ ਹੀ ਲਾਈਏ ਮਹਾਰਾਜ ਵੱਲ ਧਿਆਨ ਕਰਕੇ। ਪਰ ਜੇ ਭਾਗ ਮਾੜੇ ਹੋਣ ਫਿਰ ਭਾਵੇਂ ਦਰਵਾਜ਼ੇ ਅੱਗੇ ਹੁੰਦਾ ਹੋਵੇ ਪ੍ਰਾਪਤ ਨਹੀਂ ਹੋ ਸਕਦਾ। ਭਾਈ ਗੁਰਦਾਸ ਜੀ ਕਹਿੰਦੇ ਸਤਸੰਗ ਨਾ ਮਿਲਦਾ ਭਾਗ ਬਿਨਾ, ਸਤਸੰਗ ਨਾ ਮਿਲਦਾ ਭਾਗ ਬਿਨਾ, ਸਤਸੰਗ ਨਾ ਮਿਲਦਾ ਭਾਗ ਬਿਨਾ, ਸਤਸੰਗ ਨਾ ਮਿਲਦਾ ਭਾਗ ਬਿਨਾ। ਸੰਗਤ ਮੈਲ ਭਰੀ ਸੰਗ ਨਾ ਮਿਲਦਾ ਭਾਗ ਬਿਨਾ, ਸੰਗ ਨਾ ਮਿਲਦਾ ਭਾਗ ਬਿਨਾ, ਸਤਸੰਗ ਨਾ ਮਿਲਦਾ ਭਾਗ ਬਿਨਾ, ਸਤਸੰਗ ਨਾ ਮਿਲਦਾ ਭਾਗ ਬਿਨਾ। ਭਾਗ ਬਿਨਾ ਸੰਗਤ ਮੈਲ ਭਰੀ ਬਿਨ, ਸੰਗਤ ਮੈਲ ਭਰੀ ਸੰਗ ਨਾ ਮਿਲਦਾ ਭਾਗ ਬਿਨਾ, ਸਤ ਸੰਗ ਨਾ ਮਿਲਦਾ ਭਾਗ ਬਿਨਾ, ਸੰਗਤ ਮੈਲ ਭਰੀ ਸਤ ਸੰਗ ਨਾ ਮਿਲਦਾ ਭਾਗ ਬਿਨਾ, ਸਤ ਸੰਗ ਨਾ ਮਿਲਦਾ ਭਾਗ ਬਿਨਾ, ਭਾਗ ਬਿਨਾ। ਵਾਹਿਗੁਰੂ ਸਤਸੰਗਤ ਕੀ ਏ ਗੜੀ ਜੋਗ ਨਾ ਬਰਸ ਪਚਾਸ, ਬਾਦਰ ਬਰਸੇ ਏ ਗੜੀ ਆਹਟ ਨਾ ਬਾਰਾਂ ਮਾਸ। ਸਤਸੰਗ ਦੀ ਜਿਹੜੀ ਇੱਕ ਘੜੀ ਹੈ, ਕਿਸੇ ਵਿਦਵਾਨ ਨੇ ਲਿਖਿਆ ਵੀ 50 ਸਾਲ ਦੇ ਤਪ ਤੋਂ ਜ਼ਿਆਦਾ। ਇਹ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। 12 ਮਹੀਨੇ ਖੂਹ ਚੱਲਦਾ ਰਹੇ, ਪਿੰਡਾਂ ਵਾਲੇ ਖੂਹ ਚੱਲਦੀ ਸੀ ਪਹਿਲਾਂ, 12 ਮਹੀਨੇ ਖੂਹ ਚੱਲਦਾ ਰਹੇ, ਫਸਲ ਨੂੰ ਓਨਾ ਫਾਇਦਾ ਨਹੀਂ ਹੁੰਦਾ ਜਿੰਨਾ ਇੱਕ ਘੜੀ ਦੀ ਬਾਰਿਸ਼ ਨੇ ਕਰ ਦੇਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਵਿਦਵਾਨ ਨੇ ਲਿਖਿਆ 64 ਫੁੱਟ ਜਹਾਜ਼ ਹੈ, 60 ਫੁੱਟ ਪਾਣੀ ਮਾਹੇ, 4 ਫੁੱਟ ਬਾਹਰ ਰਹੇ ਕਬੂ ਡੂਬਤ ਨਾਹੇ। 64 ਫੁੱਟ ਦਾ ਜਹਾਜ਼ ਹੁੰਦਾ ਪਾਣੀ ਵਾਲਾ, 60 ਫੁੱਟ ਪਾਣੀ 'ਚ ਰਹਿੰਦਾ, 4 ਫੁੱਟ ਰਹਿੰਦਾ ਬਾਹਰ ਪਾਣੀ ਤੋਂ, ਉਹ ਡੁੱਬਦਾ ਨਹੀਂ। ਪਾਣੀ ਦਾ ਜਹਾਜ਼ 60 ਫੁੱਟ ਪਾਣੀ 'ਚ ਰਹਿ ਕੇ ਅਤੇ 4 ਫੁੱਟ ਬਾਹਰ ਰਹਿ ਕੇ ਡੁੱਬਦਾ ਨਹੀਂ। ਅੱਗੋਂ ਵਿਦਵਾਨ ਲਿਖਦਾ 64 ਘੜੀ ਦਿਨ ਰਾਤ ਕੀ, 60 ਘੜੀ ਕਰੋ ਕਾਰ, 4 ਘੜੀ ਸਤਸੰਗਤ ਕਰੋ ਭਾਵਨਿਕ ਉਧਰੋਂ ਪਾਰ। 64 ਘੜੀਆਂ ਦਿਨ ਰਾਤ ਦੀਆਂ, 24 ਘੰਟੇ 8 ਪਹਿਰ। ਵਿਦਵਾਨ ਲਿਖਦਾ ਵੀ 64 ਘੜੀਆਂ ਚੋਂ 60 ਘੜੀਆਂ ਤੂੰ ਕੰਮ ਕਾਰ ਕਰ, ਪਰ ਜਿਹੜੀਆਂ 4 ਘੜੀਆਂ 24 ਮਿੰਟ ਦੀ ਇੱਕ ਘੜੀ ਹੁੰਦੀ ਹੈ, ਤਕਰੀਬਨ 2 ਘੰਟੇ। 4 ਘੜੀਆਂ ਜੇ ਸਤਸੰਗ ਤੂੰ ਕਰ ਲਿਆ ਤਾਂ ਤੇਰਾ ਸੰਸਾਰ ਤੇ ਆਉਣਾ ਸਫਲ ਹੋ ਜਾਣਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਸਤਸੰਗ ਦਾ ਫਲ ਹੈ। ਜਿਹੜਾ ਬੰਦਾ ਸਤਸੰਗ ਨਹੀਂ ਕਰਦਾ, ਨਾਮ ਨਹੀਂ ਜਪਦਾ, ਉਹ ਧਰਤੀ ਤੇ ਭਾਰ ਹੈ।
शेष विचार कहियो मन मैं प्रभु का भार नहीं किस भारी थारा भार बनास्पति के साथ संबंध लियो सरदारी सुमेर कलाश कहे अरुआगिर और का भार काहे को चतारी सतसंगत हीन जो नाम बिना तिस नर का भार ना जात सारी शेष नाग भी शैया ते विष्णु भगवान जी लेटे हुए ने एक दिन शेष नाग नू पुछन लगे कहिंदे शेष नाग तेनू भार लगता दुनिया ते सारी धरती का भार तू सिर ते चक्या भार लगता शेष नाग जी कहिंदे महाराज लगता भी है ते लगता भी नहीं कहिंदे ओ किदां शेष नाग जी कहिंदे शेष विचार कहियो मन मैं प्रभु का भार नहीं किस भारी अठारह भार बनास्पति के एक एक पत्ता कट्ठा करके अठारह भार बनाए से जिनी संसार की बनस्पति है एक एक पत्ता कट्ठा किया अठारह भार बनाए सत समुंदर कहिंदे मेरे सिर ते चल रहे ने शेष नाग जी कहिंदे सारी बनस्पति जंगल बियाबान किन्ने पहाड़ सुमेर पर्वत कैलाश पर्वत सिरते ने मेरे सत समुंदर सिरते चल रहे ने मैनू इन्हों का भार नहीं लगता विष्णु भगवान जी कहिंदे फिर केड़ी चीज का भार लगता हुण ध्यान देना शेषनाग जी कहिंदे सतसंगत हीन जो नाम बिना किस नर का भार ना जात सारा जिहड़ा बंदा सतसंग नहीं करता जिहड़ा नाम नहीं जपता कहिंदे मैनूं उहदा भार लगता गज के आखो सतनाम श्री वाहिगुरु सतसंग बहुत जरूरी है मात लोक ते आके जे आपां एक घड़ी भी सतसंग दी ਇਹ ਲੇਖੇ ਵਿੱਚ ਲਾ ਲਈ ਮਹਾਰਾਜ ਤਾਂ ਗੁਰਬਾਣੀ ਜੀ ਇੱਥੋਂ ਤਾਂ ਕਹਿੰਦੇ ਵੀ ਕਰੋੜਾਂ ਜੱਗਾਂ ਦਾ ਫਲ ਹੈ ਜੇ ਤੂੰ ਸਤਸੰਗ ਸੁਣ ਲਿਆ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ ਕਰੋੜਾਂ ਜੱਗਾਂ ਦਾ ਫਲ ਇੱਕ ਜੱਗ ਕਰਨਾ ਹੋਵੇ ਕਿੰਨੇ ਪੈਸੇ ਲੱਗ ਜਾਂਦੇ ਕਿੰਨਾ ਸਮਾਂ ਲੱਗਦਾ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਜ਼ਿਆਦਾ ਸੌਖਾ ਮਾਰਗ ਕੋਈ ਨਹੀਂ ਸਮਾਂ ਥੋੜਾ ਲੱਗਦਾ ਫਲ ਬਹੁਤਾ ਮਿਲਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮਹਾਰਾਜ ਕਹਿੰਦੇ ਕਰੋੜਾਂ ਜੱਗਾਂ ਦਾ ਫਲ ਤੇਰੀ ਝੋਲੀ ਵਿੱਚ ਪੈ ਜਾਣਾ ਜੇ ਤੂੰ ਸਤਸੰਗ ਕਰ ਲਿਆ ਇਹ ਸਤਸੰਗ ਦੀ ਮਹਿਮਾ ਦੱਸ ਜਿਹੜੇ ਵੀ ਹੁਣ ਤੱਕ ਤਰੇ ਨੇ ਉਹ ਸਤਸੰਗ ਕਰਕੇ ਤਰੇ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰ ਨਾਨਕ ਗੁਰ ਗੋਬਿੰਦ ਰੂਪ ਪੂਰਨ ਗੁਰ ਅਵਤਾਰ ਛੇ ਤਰ੍ਹਾਂ ਦੇ ਅਵਤਾਰ ਲਿਖੇ ਨੇ ਸੰਤਾਂ ਨੂੰ ਨਿੱਤ ਅਵਤਾਰ ਕਿਹਾ ਨਿੱਤ ਅਵਤਾਰ ਸੰਤਾਂ ਨੂੰ ਕਿਉਂ ਕਿਹਾ ਰੋਜ਼ ਰੱਬ ਨਾਲ ਜੋੜਦੇ ਨੇ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਜੋੜਦੇ ਪੂਰਨਤਮ ਅਵਤਾਰ ਗੁਰੂ ਨਾਨਕ ਸਾਹਿਬ ਨੂੰ ਕਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਪੂਰਨਤਮ ਅਵਤਾਰ ਨੇ ਗੁਰੂ ਵੀ ਸੀ ਤੇ ਅਵਤਾਰ ਵੀ ਸੀ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਤ ਕਲਾ ਹੋਏ ਠਾਕਰ ਚੜ੍ਹਿਆ ਗੁਰੂ ਨਾਨਕ ਸਾਹਿਬ ਕਰੋੜਾਂ ਕਲਾਂ ਲੈ ਕੇ ਆਏ ਤੇ ਹਨੇਰਾ ਬੜਾ ਸੀ ਅਗਿਆਨਤਾ ਦਾ ਹਨੇਰਾ ਬਹੁਤ ਜ਼ਿਆਦਾ ਫੈਲ ਗਿਆ ਸੀ ਕਰੋੜਾਂ ਕਲਾਂ ਲੈ ਕੇ ਮਹਾਰਾਜ ਨੂੰ ਆਉਣਾ ਪਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੂਰਨਤਮ ਅਵਤਾਰ ਗੁਰੂ ਵੀ ਤੇ ਅਵਤਾਰ ਵੀ ਜੋ ਮਹਾਰਾਜ 42 ਸਾਲ ਦੀ ਉਮਰ ਦੇ ਵਿੱਚ ਕਰ ਗਏ ਦੁਨੀਆਂ ਤੇ ਕੋਈ ਕਰ ਨਹੀਂ ਸਕਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੀਲੇ ਦੇ ਸਵਾਰ ਚਿੱਟੀਆਂ ਬਾਜਾਂ ਵਾਲੇ ਜਦੋਂ ਵੀ ਮਹਾਰਾਜ ਕਿਸੇ ਨਗਰ ਵਿੱਚ ਜਾਂਦੇ ਸੀ ਸੰਗਤਾਂ ਬੜੇ ਪਿਆਰ ਦੇ ਵਿੱਚ ਬੜੇ ਬੇਬਲ ਹੋ ਕੇ ਬੜੇ ਆਨੰਦ ਵਿੱਚ
ਸ਼ਬਦ ਪੜ੍ਹਿਆ ਕਰਦੀਆਂ ਸੀ ਵੀ ਮਹਾਰਾਜ ਆਏ ਨੇ। ਮਹਾਰਾਜ ਦਾ ਸਰੂਪ ਹੀ ਬੜਾ, ਨਾਰਦ ਮੁਨੀ ਵੀ ਸਵਰਗਾਂ ਤੋਂ ਦਰਸ਼ਨ ਕਰਨ ਵਾਸਤੇ ਆਉਂਦਾ ਸੀ ਮਹਾਰਾਜ ਦੇ, ਵੀ ਭਗਵਾਨ ਕਾਲ ਪੁਰਖ ਆਪ ਸਰਗੁਣ ਰੂਪ ਹੋ ਕੇ ਧਰਤੀ ਤੇ ਦੁਨੀਆਂ ਦੇ ਉਧਾਰ ਵਾਸਤੇ ਆਏ ਨੇ, ਦਰਸ਼ਨ ਕਰੀਏ ਮਹਾਰਾਜ ਦੇ। ਭੇਟਾ ਲੈ ਕੇ ਆਉਣੀ ਨਾਰਦ ਮੁਨੀ ਨੇ, ਮੱਥਾ ਟੇਕਣਾ, ਮਹਾਰਾਜ ਨੇ ਮੁਸਕਰਾਉਣਾ, ਮੁਨੀ ਜੀ ਕੀ ਲੋੜ ਹੈ ਭੇਟਾ ਦੀ, ਤੁਹਾਡਾ ਪ੍ਰੇਮ ਹੀ ਬਹੁਤ ਹੈ। ਨਾ ਮਹਾਰਾਜ, ਗੁਰੂ ਨੂੰ ਖਾਲੀ ਮੱਥਾ ਨਹੀਂ ਟੇਕਣਾ ਚਾਹੀਦਾ। ਸੰਤ ਮਹਾਤਮਾ ਨੂੰ ਤੇ ਗੁਰੂ ਨੂੰ ਕਦੇ ਖਾਲੀ ਮੱਥਾ ਨਹੀਂ ਟੇਕਣਾ ਚਾਹੀਦਾ। ਦੋ ਫੁੱਲ ਰੱਖ ਦਿਓ, ਦੋ ਲੈਚੀਆਂ ਰੱਖ ਦਿਓ, ਕੁਛ ਵੀ ਰੱਖੋ, ਸਤਿਕਾਰ ਹੁੰਦਾ। ਸਾਧ ਸੰਗਤ, ਨਾਰਦ ਮੁਨੀ ਵੀ ਦਰਸ਼ਨਾਂ ਨੂੰ ਆਇਆ ਕਰਦਾ ਸੀ ਮਹਾਰਾਜ ਤੇ। ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਸੀ ਵੀ ਮਹਾਰਾਜ ਆਏ ਨੇ, ਤਾਂ ਫਿਰ ਤਾਂ ਜੋਟੀਆਂ ਦੇ ਰੂਪ ਵਿੱਚ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਸੀ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਗੁਰੂ ਗੋਬਿੰਦ ਸਿੰਘ ਆਏ ਨੇ, ਗੁਰੂ ਗੋਬਿੰਦ ਸਿੰਘ ਆਏ ਨੇ, ਗੁਰੂ ਗੋਬਿੰਦ ਸਿੰਘ ਆਏ, ਗੁਰੂ ਗੋਬਿੰਦ ਸਿੰਘ ਆਏ। ਗੁਰੂ ਗੋਬਿੰਦ ਸਿੰਘ ਆਏ ਨੇ, ਗੁਰੂ ਗੋਬਿੰਦ ਸਿੰਘ ਆਏ ਨੇ, ਗੁਰੂ ਗੋਬਿੰਦ ਸਿੰਘ ਆਏ ਨੇ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਸਿੰਘੋਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਸਿੰਘ ਆਏ ਨੇ, ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਖੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਮਹਾਰਾਜ ਵਰਗਾ ਨਹੀਂ ਕੋਈ ਬਣ ਸਕਦਾ। ਛਾਏ ਜਾਤੀ ਏਕਤਾ ਨੇਕਤਾ ਬੁਲਾਏ ਜਾਤੀ ਹੋਵਤੀ ਕੋ ਚੀਲ ਤੱਕ ਤੇਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸੱਗ ਜਾਤੇ ਵਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਹੋ ਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪਾ ਕਰਣਾ ਨਿਦਾਨ ਕੀ। ਬੜੇ ਬੜੇ ਦੁਨੀਆਂ ਤੇ ਪੀਰ ਪੈਗੰਬਰ ਅਵਤਾਰ ਆਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਆਉਂਦੇ ਦੁਨੀਆਂ ਤੇ ਮੰਦਰਾਂ 'ਚ ਟੱਲ ਨਹੀਂ ਸੀ ਖੜਕਣੇ, ਕੋਈ ਧਰਮ ਨਹੀਂ ਸੀ ਬਚਣਾ,
नमाज ही नमाज रह जानी सी। भाई संतोख सिंह जी कहिंदे ये गुरु गोबिंद सिंह महाराज की कृपा है, सारे धर्मां दा सत्कार अज हो रहा है। ये गुरु तेग बहादुर महाराज सच्चे पातशाह की कृपा है जो हिंदू धर्म बचिया। गज के आखो सतनाम श्री वाहिगुरु। धन गुरु गोबिंद सिंह जी महाराज। राजियां दे राजे, राजा ना राज, पाना ना पान, देवा ना देव उपमा महान, इंद्रा ना इंद्र, बाला ना बाल, रंका ना रंक, काला ना काल। राजियां दे राजे, धन गुरु गोबिंद सिंह जी महाराज। साध संगत गुरु की कदे बराबरी नहीं करनी चाहिए। गुरु गोबिंद सिंह महाराज की कोई बराबरी जे कोई करदा दुनिया ते उहदे वर्गा मूर्ख नहीं है कोई, उहनू ज्ञान नहीं है। फिर गुरु गोबिंद सिंह महाराज दुनिया ते इको ही होए ने, गुरु इको ही हुंदा, गुरु दो नहीं कदे होए। गुर परमेश्वर एक है, सब में रहिया समाए। संत बहुत बहुते हो सकते हैं, संत समूह अनेक मती, संत बहुते हो सकते हैं प्रचार वास्ते, गुरु नाल जोड़न वास्ते। गुरु इको ही हुंदा। अज दे जे गुरु ने कोई धन गुरु ग्रंथ साहिब महाराज गज के आखो सतनाम श्री वाहिगुरु। प्यो दादे दा खोल डिठा खजाना, इन्ना सोहना खजाना महाराज गुरु ग्रंथ साहिब महाराज के रूप में, गुरबाणी के रूप च, जब जी साहब अमृत वेले की बाणी। एक पाठ भी जे कर लिया साध संगत, एक पाठ भी जे कर लिया, चलो जे कोई अनपढ़ है एक पाठ नहीं हुंदा, जे उन्हें मूल मंत्र भी कर लिया ना पांच बारी ते गुरु नानक देव महाराज ने जुड़ गया, उहदे मूल मंत्र करन नाल, गुरु नानक साहब नाल जुड़न दे नाल, उहदियां 21 कुलां महाराज ने तार देनी है। गज के आखो सतनाम श्री वाहिगुरु। 21 कुलां तार देनी है, गुरु एडा दयाल है। सतगुर होए दयाल तां शरधा पूरी है, सतगुर होए दयाल ना कबू चूरी है, सतगुर होए दयाल तां दुख ना जानिया, सतगुर होए दयाल हर रंग माणी। सतगुरु खुश हो जावे दुनिया ते कोई घाट नहीं रहिंदी। जे गुरु नानक साहब खुश हो जाण, क्यों कहा गुरु नानक साहब ते गुरु गोबिंद सिंह महाराज नूं भी इह पूरे पूरे गुरु ने, पूरनतम अवतार है। ठगां दा आधार करन वास्ते महाराज पिंड विच गए, कौतक कीता महाराज ने, अपने आप नूं बना लिया ठगां तों, ठगां ने रस्से नाल बन लिया महाराज ने। महाराज कहिंदे मार तां तुसीं सानूं देना ही है। देखो कौतक कर रहे ने गुरु नानक साहब, कहिंदे आओ सेवा बल दा अग लै के आओ। हुण उत्थे जदों ठग पहुंचे राम गणा दी ते जिहड़े जमदूत उहनां दी लड़ाई हो रही है, जमदूत कहिंदे वी इहने 60 सालां दी उमर एवें गवा ली, कोई चंगा काम नहीं कीता। रामगण कहिंदे ठीक है, इहने उमर तां गवा ली, चंगा काम कोई नहीं कीता, नाम नहीं जपिया, सतसंग नहीं कीता, कोई दया नहीं कीती, सिमरन भजन दया नहीं कीनी, तो मुख चोटा खाएगा, चंगा काम नहीं कीता। पर इह ते गुरु नानक दी हुण निगाह पै गई, उहने पालकियां च जाएगा। गज के आखो सतनाम श्री वाहिगुरु। सोचो सेवा बल रहा पापी पुरश दा, ते सूक्ष्म शरीर नूं जिहड़ा स्थूल शरीर है उह सड़दा, पंज तत्तां दा जिहड़ा सूक्ष्म शरीर हुंदा 17 तत्तां दा, उहनूं जमदूत लै के जांदे, कटापा सूक्ष्म शरीर दा हुंदा। जे तां मूल मंत्र ना जुड़ गया, जपजी साहिब ना जुड़ गया, गुरु नानक दे घर नाल जुड़ गया, गुरु नानक दे घर तों बिना कितें मुक्ति नहीं है। ध्यान देना किसे भुलेखे च ना रह जिओ, देवी देवतिआं ने आपां नूं उहनां दा सतकार है, कोई माड़ा नहीं है, उन्होंने अपनी इच्छावां पूरियां करनियां, मुक्ति नहीं देनी किसे ने, गुरु नानक दे घर तों बिना मुक्ति नहीं। साध संगत हुण गुरु नानक साहब की जदों निगाह पई, नानक नदरी नदर निहाल, तां रामगण कहिंदे इह ते गुरु नानक की निगाह पै गई, हुण इह स्वर्गां नूं जाएगा। उह ठग कहिंदे ऐसा केड़ा गुरु नानक है,
ਜਿਹਦੀ ਨਿਗਾਹ ਨਾਲ ਹੀ ਇਹ ਤਰ ਗਿਆ। ਰਾਮਗਣ ਕਹਿੰਦੇ ਭੋਲਿਓ, ਉਹ ਤੁਹਾਡਾ ਉਧਾਰ ਕਰਨ ਵਾਸਤੇ ਆਏ ਤੁਹਾਡੇ ਪਿੰਡ ਵਿੱਚ, ਜਿਹਨੂੰ ਬੰਨ ਕੇ ਆਏ ਉਹੀ ਗੁਰੂ ਨਾਨਕ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੂੰ ਕੋਈ ਬੰਨ ਨਹੀਂ ਸਕਦਾ, ਉਹਦਾ ਪ੍ਰੇਮ ਦੇ ਬੰਨੇ ਨੇ। ਪਰ ਤੁਹਾਡੇ ਭਲੇ ਵਾਸਤੇ ਆਏ, ਮਾਫ਼ੀ ਮੰਗ ਲਓ। ਠੱਗਾਂ ਨੇ ਆ ਕੇ ਮਾਫ਼ੀ ਮੰਗੀ, ਮਹਾਰਾਜ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣਾ, ਮਹਾਰਾਜ ਸਾਨੂੰ ਮਾਫ਼ ਕਰ ਦਿਓ। ਜਿੱਥੇ ਵੀ ਮਹਾਰਾਜ ਗਏ, ਮਹਾਰਾਜ ਨੇ ਇਹੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ। ਮਹਾਰਾਜ ਕਹਿੰਦੇ ਸੀ ਸ਼ਾਮ ਦਾ ਇੱਕ ਵੇਲਾ ਰੱਖੋ, ਜਦੋਂ ਕੀਰਤਨ ਹੋਵੇ, ਸਤਸੰਗ ਕਰਿਆ ਕਰੋ। ਆਹ ਜਿਹੜਾ ਸਮਾਂ ਜੇ ਆਪਾਂ ਹੁਣ ਸਫਲਾ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦੀ ਮਿਹਰ ਦੇ ਨਾਲ, ਇਹ ਆਪਾਂ ਗੁਰੂ ਨਾਨਕ ਸਾਹਿਬ ਦੀ ਖੁਸ਼ੀ ਲੈ ਰਹੇ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਹਾਰਾਜ ਦੀ ਆਪਾਂ ਖੁਸ਼ੀ ਲੈ ਰਹੇ ਹਾਂ। ਗੁਰੂ ਖੁਸ਼ ਹੋ ਜਾਵੇ, ਇੱਥੇ ਜਿਹੜੇ ਲੋਕ ਦੇ ਪਦਾਰਥ ਤਾਂ ਮਿਲਦੇ ਹੀ ਨੇ, ਪਰਲੋਕ ਦਾ ਪਦਾਰਥ ਮੁਕਤੀ ਇਹ ਵੀ ਮਿਲ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਸੰਗਤਾਂ ਦਰਸ਼ਨ ਕਰਦੀਆਂ ਬੜੇ ਆਨੰਦ ਵਿੱਚ, 52 ਕਵੀ ਮਹਾਰਾਜ ਦੇ ਕੋਲ ਕਵਿਤਾ ਸੁਣਾਇਆ ਕਰਦੇ ਸੀ, ਮਹਾਰਾਜ ਨੇ ਨਾਮ ਦੇਣੇ। ਉਹਨਾਂ ਵਿੱਚ ਇੱਕ ਕਵੀਆਂ ਦਾ ਇੱਕ ਦੋਤ ਸੀ ਵੈਦ ਸਜਾਨ। ਹੁਣ ਵੈਦ ਸਜਾਨ ਦਾ ਜਿਹੜਾ ਕੋਈ 52 ਕਵੀਆਂ ਚੋਂ ਕੋਈ ਦੋਸਤ ਸੀ, ਉਹਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਸਿਫਤ ਕਰਨੀ ਵੀ ਮਹਾਰਾਜ ਦਾ ਦਰਸ਼ਨ ਕਰਕੇ ਆਨੰਦ ਆ ਜਾਂਦਾ। ਜਦੋਂ ਮਹਾਰਾਜ ਦੇ ਦਰਸ਼ਨ ਕਰੀਏ ਸਾਰੇ ਦੁੱਖ ਦੂਰ ਹੋ ਜਾਂਦੇ, ਕੋਈ ਚਿੰਤਾ ਨਹੀਂ ਰਹਿੰਦੀ, ਕੋਈ ਫਿਕਰ ਨਹੀਂ ਰਹਿੰਦਾ। ਗੁਰੂ ਦੇ ਦਰਸ਼ਨਾਂ ਦਾ ਇੰਨਾ ਪ੍ਰਤਾਪ ਹੈ। ਕਾਬਲ ਦੀ ਸੰਗਤ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਸਾਲ ਬਾਅਦ ਆਇਆ ਕਰਦੀ ਸੀ ਕਾਬਲ ਦੀ ਸੰਗਤ। ਕਿਸੇ ਨੇ ਪੁੱਛਿਆ ਕਾਬਲ ਦੀ ਸੰਗਤ ਨੂੰ ਵੀ ਤੁਹਾਨੂੰ ਕੀ ਮਿਲਦਾ ਵੀ ਤੁਸੀਂ ਸਾਲ ਬਾਅਦ ਗੁਰੂ ਦੇ ਦਰਸ਼ਨ ਕਰਨ ਜਾਂਦੇ ਹੋ। ਜਿਹੜੇ ਸਿਆਣੇ ਸੀ ਉਹ ਕਹਿੰਦੇ ਵੀ ਸਾਨੂੰ ਹੋਰ ਤਾਂ ਪਤਾ ਨਹੀਂ, ਇੱਕ ਸਾਲ ਸਾਡੇ ਮਨ ਨੂੰ ਪੂਰੀ ਠੰਡ ਰਹਿੰਦੀ ਹੈ, ਸ਼ਾਂਤੀ ਬਣੀ ਰਹਿੰਦੀ ਹੈ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੇ ਦਰਸ਼ਨਾਂ ਦਾ ਇਹ ਪ੍ਰਤਾਪ ਹੈ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਦੋਂ ਦਰਸ਼ਨ ਕਰਦੇ ਹਾਂ, ਖੇੜਾ ਆ ਜਾਂਦਾ ਮਨ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਹਾਰਾਜ ਦੇ ਦਰਸ਼ਨ ਕਰਕੇ ਆਨੰਦ ਆ ਜਾਂਦਾ। ਕਾਬਲ ਦੀ ਸੰਗਤ ਕਹਿੰਦੀ ਹੋਰ ਤਾਂ ਸਾਨੂੰ ਪਤਾ ਨਹੀਂ, ਪਰ ਇੱਕ ਸਾਲ ਸਾਡੇ ਮਨ ਨੂੰ ਸ਼ਾਂਤੀ ਰਹਿੰਦੀ ਹੈ, ਠੰਡ ਰਹਿੰਦੀ ਹੈ। ਕਹਿੰਦੇ ਹੋਰ ਕੀ ਮਿਲਦਾ? ਕਹਿੰਦੇ ਹੋਰ ਅਸੀਂ ਮਹਾਰਾਜ ਨੂੰ ਪੁੱਛ ਕੇ ਦੱਸ ਦਾਂਗੇ। ਪਹਿਲਾਂ ਲੋਕ ਭੋਲੇ ਹੁੰਦੇ ਸੀ, ਜਿੱਦਾਂ ਕਹਿਤਾ ਮਹਾਰਾਜ ਨੇ ਕਿਸੇ ਸੰਤ ਮਹਾਂਪੁਰਖ ਨੇ ਵੀ ਭਾਈ ਨਾਮ ਜਪਣਾ ਇਹਦੇ ਨਾਲ ਭਲਾ, ਹਾਂਜੀ ਜਪਾਂਗੇ ਜੀ। ਸਾਧ ਸੰਗਤ ਉਦੋਂ ਲੋਕ ਜ਼ਿਆਦਾ ਸੋਚਿਆ ਨਹੀਂ ਸੀ ਕਰਦੇ, ਗੁਰੂ ਨੂੰ ਦਿਲੋਂ ਮੰਨਦੇ ਸੀ, ਦਰਸ਼ਨ ਵੀ ਹੁੰਦੇ ਸੀ, ਭਲਾ ਵੀ ਹੁੰਦਾ ਸੀ। ਹੁਣ ਲੋਕ ਜ਼ਿਆਦਾ ਸੋਚਣ ਲੱਗ ਪਏ, ਜਿਹੜਾ ਕੰਮ ਗੁਰੂ ਨੇ ਕਰਨਾ ਉਹ ਬੰਦਾ ਕਰਨ ਲੱਗ ਪਿਆ, ਇੰਨਾ ਫਰਕ ਪੈ ਗਿਆ। ਮਹਾਰਾਜ ਕਹਿੰਦੇ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਸੋਚੀ ਜਾ, ਤੇਰੇ ਸੋਚਾਂ ਸੋਚਣ ਨਾਲ ਬਣਨਾ ਹੀ ਕੁਛ ਨਹੀਂ। ਬੰਦੇ ਨੂੰ ਮਹਾਰਾਜ ਨੇ ਡਿਊਟੀ ਲਾਈ ਹੈ ਚਿੰਤਨ ਕਰਨ ਦੀ, ਨਾਮ ਜਪਣ ਦੀ। ਜੇ ਇਨਸਾਨ ਨਾਮ ਜਪਦਾ ਉਹਦੀਆਂ ਸਾਰੀਆਂ ਚਿੰਤਾਵਾਂ ਗੁਰੂ ਨਾਨਕ ਸਾਹਿਬ ਨੇ ਦੂਰ ਕਰ ਦੇਣੀਆਂ। ਮਹਾਰਾਜ ਨੇ ਕਿਹਾ ਵੀ ਤੂੰ ਚਿੰਤਾ ਨਾ ਕਰ, ਤੂੰ ਨਾਮ ਜਪ। ਜਦੋਂ ਇਨਸਾਨ ਨਾਮ ਜਪਦਾ ਸਾਰੀਆਂ ਚਿੰਤਾਵਾਂ ਮਹਾਰਾਜ ਦੂਰ ਕਰਦੇ। ਚਿੰਤਨ ਨਹੀਂ ਇਨਸਾਨ ਕਰਦਾ, ਚਿੰਤਾ ਕਰਦਾ। ਇਹਨੂੰ ਨਾਮ ਜਪਣਾ ਚਾਹੀਦਾ ਚਿੰਤਾ ਛੱਡ ਕੇ। ਸਾਧ ਸੰਗਤ ਸੋਚ ਕੇ ਦੇਖੋ, ਜੇ ਆਪਾਂ ਸੰਸਾਰ ਵਿੱਚ ਹੋਈਏ ਤਾਂ ਵੀ ਕੰਮ ਚੱਲੀ ਜਾਣਾ, ਸੰਸਾਰ ਦਾ ਕੰਮ ਰੁਕਣਾ ਕੋਈ ਨਹੀਂ। ਜੇ ਆਪਾਂ ਨਾ ਹੋਈਏ ਸੰਸਾਰ ਤੇ ਫਿਰ ਵੀ ਕੰਮ ਚੱਲੀ ਜਾਣਾ। ਜਦੋਂ ਆਪਣੇ ਹੋਣ ਨਾ ਹੋਣ ਨਾਲ ਕੋਈ ਕੰਮ ਖੜਦਾ ਹੀ ਨਹੀਂ, ਫਿਰ ਆਪਾਂ ਸੋਚਣਾ ਕਾਹਦੇ ਵਾਸਤੇ? ਸੋਚਣਾ ਨਹੀਂ ਚਾਹੀਦਾ, ਕਰਮ ਕਰਨਾ ਚਾਹੀਦਾ। ਸੋਚ ਗੁਰੂ ਨਾਨਕ ਸਾਹਿਬ ਤੇ ਛੱਡ ਦਿਓ। ਅਰਦਾਸ ਇਹ ਹੋਣੀ ਚਾਹੀਦੀ ਹੈ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਜੋ ਆਪ ਜੀ ਨੂੰ ਚੰਗਾ ਲੱਗਦਾ ਉਹ ਮੈਥੋਂ ਕਰਾਓ, ਫਿਰ ਜੋ ਆਪਾਂ ਕਰਾਂਗੇ ਉਹ ਗੁਰੂ ਨਾਨਕ ਸਾਹਿਬ ਦੀ ਸੋਚ ਬਣ ਜਾਣੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋਚਣਾ ਨਹੀਂ ਚਾਹੀਦਾ, ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ।
दुनिया बहुत चिंता विच पई है, कल नूं पता नहीं की बनना, परसों नूं पता नहीं की बनना। सोच सोच के शुगर करा ली लोकां ने, मिठा खाण नाल शुगर नहीं हुंदी। साढ़े पिता जी बहुत मिठा खाया करते, पुराने बजुर्ग बहुत मिठा खाते, किसी नूं शुगर नहीं हुई। साध संगत जदों बंदा सोचता ना, है सब कुछ है, चलो जिहदे कोल होवे ना वह तो सोचे भी गड्डी नहीं है, घर नहीं है, घर बनाउणा, कार लेनी है, जां कितें कम कार नहीं सैट, वह तो सोचे। जिहदे कोल है सब कुछ है वह भी सोची जांदा, जिहदे कोल लख दो लख महीने की कमाई है वह भी सोची जांदा भी कल नूं पता नहीं की बनना। साध संगत गुरु रामदास महाराज कहिंदे, सच्चे पातशाह जे तू नाम जपेगा ना सोचा तेरिया सारिया मुक जानिया। गज के आखो सतनाम श्री वाहिगुरु। तृष्णा तेरी दूर हो जानी है नाम जपन नाल, जिन्हां भेटिया मेरा पूरा सतगुरु तिन हर नाम दरड़ावा। राम राजे इसकी तृष्णा भुख सब उतर है, जो हर नाम दयावै, जो हर हर नाम ते आईंदे तिन जम नेड़ ना आवै। जन नानक कहो हर कृपा कर, नित जपै हर नाम, हर नाम करावे। महाराज कहिंदे जे नाम जपेगा ना कृष्णा मिट जांदी है, नाम दा सिमरन करके कृष्णा मिट जांदी है, नाम दा सिमरन करके कृष्णा मिट जांदी है। नाम दा सिमरन करके, नाम दा सिमरन करके, नाम दा सिमरन करके, नाम दा सिमरन करके। कृष्णा मिट जांदी है, नाम दा सिमरन, कृष्णा मिट जांदी है, नाम दा सिमरन करके, कृष्णा मिट जांदी है, नाम दा सिमरन करके, कृष्णा मिट जांदी है, नाम दा सिमरन करके। जिन्ना पेटिया मेरा पूरा सतगुरु तेन हर नाम दड़ावै, कि कृष्णा भुख सब उतर। कृष्णा पुख सब उतरा, जो हर नाम पियावा, जो हर हर नाम पियाईंदे जन जम नेड़ न आवा। जन नानक कौ हर कृपा कर, जन नानक कौ हर कृपा कर, जप हर नाम, हर नाम करावे, जिन्हां पेटिया मेरा पूरा सतगुरु। तिसकी तृष्णा भुख सब उतरै, जो हर नाम त्यावे। तृष्णा चिंता ये सारियां नाम जपण दे नाल दूर हो जांदियां। साध संगत हुण 52 कवि महाराज रखिया करते सी, वैद सजान ने महाराज की सिफत सुननी, मन में आया भी महाराज के दर्शन क्यों ना करिए। भाग जागे वैद सजान दे आनंदपुर साहब पहुंच गया, आनंद की नगरी आनंदपुरी। आनंदपुर साहब पहुंचया
एक दो दिन बाहर रौनक देखता रहा, बड़ी रौनक आनंदपुर साहब। तीजे दिन दवान दे विच आया, दो दिन तो बाहर रौनक ही देखता रहा। तीजे दिन महाराज का जो दवान सजिया, दवान विच पहुंचिया, जब महाराज के दर्शन किए, दर्शन देख जीवां गुर तेरा पूर्ण कर्म होए प्रभु मेरा, आनंद आ गया। ये तो रब आप बैठा, जिस मिले मन होए आनंद, सो सतगुर कहिया, मन की दुविधा बिनस जाए हर परम पद लईए। जदों मक्खण शाह ने दर्शन किए थे ना गुरु तेग बहादुर महाराज के, अंदर के सारे संशय दूर हो गए थे, भी यही सतगुरु है जिन्हें मेरा बेड़ा पार किया। जदों महाराज के दर्शन किए मक्खण शाह ने, गुरु तेग बहादुर महाराज सच्चे पातशाह, सारे संशय दूर करते सी। हुण जदों दर्शन गुरु गोबिंद सिंह महाराज के किए, वैद सजान ने सारे संशय दूर हो गए, कोई इच्छा नहीं रही, कोई मंग नहीं रही, दोवें हथ जोड़ ले, महाराज बड़ी कृपा की, आप जी के दर्शन होए, मैनू आग्या बख्शो महाराज, मेरे वास्ते की हुक्म है। वैद सजान ने गुरु गोबिंद सिंह महाराज सच्चे पातशाह नूं हथ जोड़ के कहा, महाराज मेरे वास्ते हुक्म दसो, भी पहला जिहड़ी उम्र तां मैं एवें लंघा लई, उहदा फायदा कोई नहीं होया, पर हुण दसो भी मेरे वास्ते हुक्म की है। सच्चे पातशाह जो आप जी हुक्म करो वह मैं करांगा। जदों वैद सजान ने इन्नी गल कही, धन गुरु गोबिंद सिंह महाराज कहण लगे, वैद सजान तू आप नहीं आया, असी तेनू आप बुलाया। गज के आखो सतनाम श्री वाहिगुरु। नाले महाराज के दर्शन करदा, अखां विच अथरू ने, दोवें हथ जोड़े हुए ने, हाँ महाराज आप जी ने बुलाया।